ਅਸਤਾ ਸੋਮਵਾਰ ਘਰੋਂ ਲੈ ਗਏ ਨਾ ਉਹਨੂੰ ਬੁਲਾ ਕੇ ਇਹਦੇ ਮੋਟਰਸਾਈਕਲ ਤੇ ਚੜ ਗਏ ਤੋ ਅੱਜ ਤੋਂ ਸ਼ਾਮ ਬਾਲਕ ਸੰਤ ਲੱਭੇ ਨਹੀਂ ਗਾ ਫਿਰ ਅਸੀਂ ਐਪਲੀਕੇਸ਼ਨ ਦਿੱਤੀ ਸ਼ਾਮ ਸਲਾਹ ਕਰਤੀ ਗਏ ਫੋਨ 'ਤੇ ਅੱਜ ਡੈਡ ਬੋਡੀ ਮਿਲੀ ਬਹੁਤ ਖਾਸ ਦਿਨ ਕਿਹੜਿਆਂ ਬਹੁਤ ਬੁਰੇ ਹਾਲ ਸੀ ਸਨੀ ਅਤੇ ਨਾਲ ਇੱਕ ਹੋਰ ਮੁੰਡਾ ਆਇਆ ਸੀ ਕਾਰਨ ਕੀ ਸੀਗਾ ਕਿਉਂ ਕਾਰਨ ਕੀ ਸੀ ਸਨੀ ਦੀ ਮੈਂ ਜਮਾਨ ਦਿੱਤੀ ਸੀ ਉਹ ਮੈਂ ਵਾਪਸ ਲੈਣੀ ਚਾਹੁੰਦਾ ਸੀ ਅੱਛਾ ਤੁਸੀਂ ਜਮਾਨ ਦਿੱਤੀ ਤੁਸੀਂ ਵਾਪਸ ਲੈ ਰਹੇ ਸੀ ਹਾਂਜੀ ਕਿਹੜੇ ਕੇਸ ਸੀ ਦਿੱਤੀ ਸੀ ਜਮਾਨ 302 ਦੇ ਵਿੱਚ ਉਹਦੇ ਦਿਨ ਜਿਸ ਪਰ ਮਾਰਿਆ ਨਬੀ ਕੁਮਾਰ 25 ਸਾਲ ਅੜ ਦੁਕਾਨ ਦੇ ਜਗਦੀਸ਼ ਸਿੰਘ ਇੱਥੋਂ ਅੜ 'ਚ ਦੁਕਾਨ ਕਰਦੇ ਆ ਜੀ ਉਹਨਾਂ ਨੇ ਕੰਮ ਸਾਡੇ ਕੋਲ ਮਿਸਿੰਗ ਕੰਪਲੇਂਟ ਰਜਿਸਟਰ ਕਰਾਈ ਸੀ ਜੋ 2 ਦਿਨ ਪਹਿਲਾਂ ਉਸ ਤੋਂ ਬਾਅਦ ਅੱਜ ਉਹਨਾਂ ਨੂੰ ਆਪਣੇ ਤੌਰ 'ਤੇ ਵੈਰੀਫਾਈ ਕਰਦੇ ਸੀਗੇ ਅੱਜ ਉਹਨਾਂ ਨੇ ਸਾਨੂੰ ਆ ਕੇ ਇਤਲਾਹ ਦਿੱਤੀ ਕਿ ਉਹਦੇ ਮੁੰਡੇ ਨੂੰ ਉਹਦਾ ਭਤੀਜਾ ਭਾਣਜਾ ਲੱਗਦਾ ਜੀ ਰਵੀ ਕੁਮਾਰ ਅਜੇ ਭਟੀਜਾ ਅਤੇ ਉਹਦਾ ਇੱਕ ਦੋਸਤ ਬੱਬੂ ਉਹਨਾਂ ਨੇ ਦੋਨਾਂ ਨੇ ਮਿਲ ਕੇ ਉਹਦੇ ਮੁੰਡੇ ਨੂੰ ਕਿਤੇ ਮਾਰਤਾ ਅਤੇ ਉਹਦੀ ਲਾਸ਼ ਨੂੰ ਕਿਤੇ ਗੁਰਪੁਰ ਕਰਤਾ ਉਹਦੀ ਇਨਫੋਰਮੇਸ਼ਨ ਦੇ ਆਧਾਰ 'ਤੇ ਅਸੀਂ FIR ਅੰਡਰ ਸੈਕਸ਼ਨ 302 201 34 IPC ਦਰਜ ਕਰਕੇ ਦੋ ਜਿਹੜੇ ਸ਼ੱਕੀ ਵਿਅਕਤੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਤੋਂ ਬਾਅਦ ਉਹਦੀ ਜਿਹੜੀ ਹੈਗੀ ਨਿਸ਼ਾਨਦੇਹੀ ਤਾਂ ਅਸੀਂ ਲਾਸ਼ ਜਿਹੜੀ ਬਰਾਮਦ ਕਰ ਲਈ ਹੈ ਇਹ ਰਵੀ ਜਿਹੜਾ ਹੈਗਾ ਅਤੇ ਜਿਹੜਾ ਮਰਨ ਵਾਲਾ ਲੜਕਾ ਹੈਗਾ ਨਵੀਂ ਇਹ ਦੋਨੋਂ ਆਪਸ 'ਚ ਕਜ਼ਨ ਬ੍ਰਦਰ ਹੈਗੇ ਆ ਮਾਮੇ ਭੂਆ ਦੇ ਲੜਕੇ ਸੀਗੇ ਅਤੇ ਉਹਦੇ ਜਗਦੀਸ਼ ਕੁਮਾਰ ਦੇ ਸਟੇਟਮੈਂਟ ਮੁਤਾਬਕ ਇਹਨਾਂ ਦਾ ਪੈਸਿਆਂ ਦੇ ਵਿੱਚ ਆਪਸ ਲੈਣ ਦੇਣ ਸੀਗਾ ਕਿਉਂਕਿ ਇਹਨਾਂ ਨੇ ਇਹਨਾਂ ਨੂੰ 5 ਲੱਖ ਰੁਪਏ ਦੇ ਕੇ ਇਹਨੂੰ ਦੁਕਾਨ ਖੁਲਵਾਈ ਸੀਗੀ ਬਾਕੀ ਜਿਹੜੀ ਹੈਗੀ ਹੁਣ FIR ਰਜਿਸਟਰ ਕਰਤੀ ਹੈ ਲਾਸ਼ ਬਰਾਮਦ ਕਰਕੇ ਇਹਦਾ ਪੋਸਟਮਾਰਟਮ ਕਰਵਾਇਆ ਜਾਊਗਾ ਅਤੇ ਇਹਨਾਂ ਦੇ ਅੱਗੇ ਪੁੱਛਤਾਛ ਰਿਮਾਂਡ ਲੈ ਕੇ ਕੀਤੀ ਜਾਊਗੀ ਜੋ ਵੀ ਐਸ ਪਰ ਲੋਅ ਹੋਊਗਾ ਉਹ ਕਾਰਵਾਈ ਜਿਹੜੀ ਹੈਗੀ ਕੀਤੀ ਜਾਊਗੀ।